ਵੋਟ ਪਾ ਕੇ ਉਹਨੂੰ ਦਿੱਤਾ ਉਹ ਉਹਦਾ ਜਿਹੜਾ ਪੰਜਾਬ ਦੇ ਲੋਕਾਂ ਨੇ ਵੋਟ ਪਾ ਲਿਆ ਸਾਡਾ ਡੈਮੋਕ੍ਰੈਟਿਕ ਰਾਈਟ ਹੈ ਹੁਣ ਇਹ ਪੀਸਫੁਲ ਤੁਰੇ ਜਾਂਦਿਆਂ ਦੇ ਉੱਤੇ ਆ ਦੇਖ ਲਓ ਖੂਨੋ ਖੂਨ ਕਰ ਦਿੱਤਾ ਦੇਖ ਲਓ ਆਲਾ ਦੇਖ ਲਓ ਸਾਰਿਆਂ ਦੇ ਉੱਤੇ ਇੱਕ ਪਾਸੇ ਦੋ ਕਰਦਾ ਰਿਹਾ ਤਾਂ ਵੀ ਅੱਛੀ ਵੀ ਆ ਡਾਂਗਾ ਮਾਰਨੇ ਸ਼ੁਰੂ ਕਰ ਦਿੱਤਾ ਕੋਈ ਹੈ ਇਹਨਾਂ ਨੂੰ ਸ਼ਰਮ ਹੈ ਮਾੜੀ ਮੋਟੀ ਜੀ ਨਥਿੰਗ ਕੋਈ ਸ਼ਰਮ ਹੈ ਨਹੀਂ ਇਹ ਪੁਲਿਸ ਵਾਲੇ ਖਾਕੀ ਵਰਦੀ ਦੇ ਵਿੱਚ ਆਪਣੇ ਆਪ ਨੂੰ ਰੱਬ ਸਮਝਦੇ ਆ ਤੁਸੀਂ ਸਾਡਾ ਡੈਮੋਕ੍ਰੈਟਿਕ ਰਾਈਟ ਜਿਹੜਾ ਪੀਸਫੁਲ ਪ੍ਰੋਟੈਸਟ ਦਾ ਸਭ ਤੋਂ ਉਹ ਵੀ ਖੋਲ ਲਵੋਗੇ ਤੁਸੀਂ ਉਹ ਸਾਡਾ ਡੈਮੋਕ੍ਰੈਟਿਕ ਸਾਡਾ ਜਨਮ ਸਿੱਧ ਅਧਿਕਾਰ ਹੈਗਾ ਬਾਕੀ ਤੁਹਾਡੇ ਸਾਥੀਆਂ ਨੂੰ ਜਿਹੜਾ ਖਦੇੜ ਕੇ ਜਿਹੜਾ ਸਾਰਿਆਂ ਨੂੰ ਭਜਾ ਦਿੱਤਾ ਗਿਆ ਲਗਭਗ ਉਹਦੇ 20-25 ਦੇ ਕਰੀਬ ਸਾਥੀ ਨੇ ਕੀ ਕਹਿਣਾ ਚਾਹੋਗੇ ਸੋ ਸਾਡੇ ਮੈਂ ਕਹਿੰਦਾ ਸੀ ਜਾਵਾਂਗੇ ਮੋਟੀ ਮਹਿਲ ਜੀ ਤੁਸੀਂ ਮਾੜਾ ਜਿਹਾ ਪਰੇ ਹਟੋ ਅਸੀਂ ਜ਼ਰੂਰ ਜਾਵਾਂਗੇ ਸਾਨੂੰ ਸਾਡੇ ਸਿਰਾਂ 'ਚ ਡਾਂਗਾਂ ਮਾਰਨ ਲੱਕਾਂ ਬਾਹਾਂ ਭੰਨਣੀਆਂ ਸਿਰ ਵੀ ਭੰਨਣ ਸਾਡੇ ਸਿਰ ਪਾੜਨ ਮਾਰ ਦੇਣ ਸਾਨੂੰ ਪਰ ਅਸੀਂ ਜ਼ਰੂਰ ਘਰਾਓ ਕਰਨ ਵਾਸਤੇ ਜਾਵਾਂਗੇ ਜਿੰਨੀ ਦੇਰ ਤੱਕ ਸਾਡਾ ਡੈਮੋਕ੍ਰੈਟਿਕ ਰਾਈਟ ਹੈ ਖਾਸ ਨਹੀਂ ਹੁੰਦਾ ਤੁਹਾਡੇ ਜਿਹੜੇ ਸਾਥੀਆਂ ਦੇ ਡਾਂਗਾ ਮਾਰ ਕੇ ਜ਼ਖਮੀ ਕੀਤੇ ਉਹਨਾਂ ਨੂੰ ਕਿਹਨਾਂ ਜਾਂਦੇ ਐਸਾ ਰੋਡ ਬਣ ਤੇਰ ਭਾਜੀ ਉਹ ਅੱਗੇ ਵਾਲੀ ਰਾਣਾ ਮੇਟੂ ਦਾ ਰੋਡ ਬੇੜਾ ਸੀ ਭਾਜੀ ਡਾਂਗਾ ਡਰਨ ਵਾਲੇ ਨਹੀਂ ਇਹਨਾਂ ਨੂੰ ਮਾਰਦੀ ਮਾਰ ਲੈ ਭਾਜੀ ਤੁਹਾਨੂੰ ਸਾਰੇ ਕੱਢ ਦੇ ਅਸੀਂ ਕਰਨਾ ਦੀ ਮੁਕਤੀ ਮਾਰ ਸਾਰਾ ਇਹ ਬਖਲਾਹਟ ਆ ਕਿ ਲੋਕ ਇਨਸਾਫ ਪਾਰਟੀ ਤੋਂ ਮੁਖਮੰਤਰੀ ਡਰ ਗਏ ਨੇ ਡਰੇ ਹੋਏ ਬਖਲਾਹਟ ਠੱਗ ਗਿਆ ਸਚਾਈ ਦਾ ਸਾਹਮਣਾ ਕਰਨਾ ਬੜਾ ਔਖਾ ਆ ਤੁਸੀਂ ਦੇਖਦੇ ਇੱਕ ਵਾਟਿਆਂ ਤੋਂ ਲੈ ਕੇ ਸਾਡੇ ਨਾਲ ਪੀਸਫੁਲ ਤਰੀਕੇ ਨਾਲ ਆਪਣਾ ਕੰਮ ਕਰ ਰਹੇ ਨੇ ਪ੍ਰੀ ਪਲੈਂਡ ਕੁਛ ਵੀ ਆ ਕੇ ਡਾਂਗਾ ਨਾ ਪੁੱਛਣ ਕਰ ਰਹੇ ਨੇ ਸੋ ਦਬਾਉਣਾ ਚਾਹੁੰਦੇ ਆ ਕੰਡੇ ਦੇ ਜ਼ੋਰ ਤੇ ਵੀ ਦਲਤਾਂ ਦਾ ਭਵਿੱਖ ਅਸੀਂ ਖਾਦਾਂ ਦੇ ਅੱਗੇ ਵੀ ਖਾਦੇ ਨੂੰ ਮਲੇ ਰਾਤ ਨੂੰ ਉੱਪਰ ਵਾਲਿਆਂ ਦਾ ਹੀ ਆ ਆ ਦੇਖਿਆ ਤੁਸੀਂ ਮੁੰਡਾ ਫੋਨੋ ਫੋਨ ਕੀਤਾ ਆ ਮਨਵਿੰਦਰ ਆ ਤੁਸੀਂ ਮੇਰੇ ਦੇਖ ਲਓ ਪਿੱਛੋਂ ਵੀ ਆ ਗਏ ਸਾਡਾ ਡਾਂਗਾ ਮਤਲਬ ਕੋਈ ਲੱਤ ਮੈਂ ਇਹਨਾਂ ਨੂੰ ਸਾਡੇ ਸਿਰ 'ਚ ਮਾਰੋ ਮਾਰ ਦਿਓ ਸਾਨੂੰ ਸਾਨੂੰ ਸੱਚਾਈ ਬੋਲਣ ਦੀ ਸਜ਼ਾ ਕਾਂਗਰਸ ਨੇ ਜੇ ਦੇਣੀ ਆ ਮਾਰਨ ਦੀ ਸਾਨੂੰ ਮਾਰਨ ਦੀ ਦੇ ਦਿਓ ਪਰ ਅਸੀਂ ਜਿਹੜਾ ਦਲਿਤ ਵਿਦਿਆਰਥੀਆਂ ਦਾ ਭਵਿੱਖ ਦਾ ਸਕੈਮ ਹੈਗਾ ਨਾ ਵਜ਼ੀਫਾ ਰਾਸ਼ੀ ਦਾ ਧਰਮਸੋਤ ਨੂੰ ਬਰਖਾਸਤ ਅਤੇ ਸੀ ਬੀ ਆਈ ਦੀ ਜਾਂਚ ਇਹ ਸਾਨੂੰ ਮਾਰ ਲੈਣ ਜੇਲ੍ਹ ਸੁੱਟ ਦੇਣ ਅਸੀਂ ਪੰਜਾਬ ਦੇ ਹਰ ਪਿੰਡ ਤੱਕ ਜਾਵਾਂਗੇ ਕਾਂਗਰਸ ਦਾ ਪਿੰਡਾਂ ਦੇ ਵਿੱਚ ਵੜਨਾ ਬੰਦ ਕਰਾ ਦੇਵਾਂਗੇ ਅਸੀਂ ਮੁਲਾਜ਼ਮਾਂ ਵੱਲੋਂ ਕੀਤੀ ਗੁੰਡਾਗਰਦੀ ਕੀ ਹੈ ਜਾਇਜ਼ ਹੁਣ ਇਹ ਤੁਸੀਂ ਦੱਸ ਸਕਦੇ ਹੋ ਅਸੀਂ ਤਾਂ ਤੁਹਾਡੇ ਸਾਹਮਣੇ ਪੀੜਤ ਬੈਠੇ ਹਾਂ ਵੀ ਸਾਨੂੰ ਛੱਲੀਆਂ ਵਾਂਗ ਪੁੱਟ ਸੁੱਟਿਆ ਇਹਨਾਂ ਨੇ ਸਾਡੀ ਡਿਮਾਂਡ ਬੜੀ ਪੀਸਫੁਲ ਡੈਮੋਕ੍ਰੈਟਿਕ ਵੇ ਸਾਡਾ ਉਹ ਜਨਮ ਸਿੱਧ ਅਧਿਕਾਰ ਹੈਗਾ ਆ ਸਾਨੂੰ ਆਜ਼ਾਦੀ ਇਸੇ ਅਧਿਕਾਰ ਦੀ ਮਿਲੀ ਹੈ ਨਾ ਕਿ ਅਸੀਂ ਆਪਣੀ ਗੱਲ ਡੈਮੋਕ੍ਰੈਟਿਕ ਵੇ ਦੇ ਨਾਲ ਪੀਸਫੁਲ ਤਰੀਕੇ ਦੇ ਨਾਲ ਇਹ ਘਰ ਰਾਜੇ ਦਾ ਨਹੀਂ ਹੈਗਾ ਇਹ ਘਰ ਪੰਜਾਬ ਦੇ ਲੋਕਾਂ ਨੇ ਜਿਹੜੀਆਂ ਵੋਟਾਂ ਪਾ ਕੇ ਮੁੱਖ ਮੰਤਰੀ ਬਣਾਇਆ ਇਹ ਉਸ ਵੋਟਾਂ ਦਾ ਇਹ ਮੁੱਖ ਮੰਤਰੀ ਦਾ ਘਰ ਉਹ ਸਾਡਾ ਅਧਿਕਾਰ ਆ ਵੀ ਅਸੀਂ ਉਹਦੇ ਘਰ ਅੱਗੇ ਜਾ ਕੇ ਆਪਣਾ ਦੁੱਖੜਾ ਦੱਸ ਸਕੀਏ ਇਹਨਾਂ ਨੂੰ ਇਹ ਵੀ ਗੁਆਰ ਨਹੀਂ ਹੈਗਾ ਇਹਨਾਂ ਦੇ ਵੀ ਜਵਾਬ ਤਰ੍ਹਾਂ ਤਰ੍ਹਾਂ ਕਰਦੇ ਆ ਅਤੇ ਐਸੀ ਇਹਨਾਂ ਦੀ ਖਾਕੀ ਵਾਲਿਆਂ ਦੀ ਜ਼ਮੀਰ ਮਰ ਗਈ ਮੈਂ ਕਹਿੰਦਾ ਐਸੀ ਇਹਨਾਂ ਦੀ ਜ਼ਮੀਰ ਮਰ ਗਈ ਇਹਨਾਂ 'ਚੋਂ ਵੱਡੀ ਗਿਣਤੀ 'ਚ ਦਲਿਤ ਵੀਰ ਵੀ ਹੈਗੇ ਆ ਮੈਂ ਕਹਿੰਦਾ ਕੋਈ ਹੋਵੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਮਾਨਸ ਕੀ ਜਾਤ ਸਭੇ ਕੋ ਪਹਿਚਾਣੂ ਇਹ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਇੱਕ ਦਲਿਤ ਦਾ ਬੱਚਾ ਜਿਹਦੇ ਬਾਪ ਦੀ ਜੇਬ ਦੇ ਵਿੱਚ ਪੜ੍ਹਾਈ ਵਾਸਤੇ ਫੀਸਾਂ ਨਹੀਂ ਸਰਕਾਰ ਨੇ ਉਹਦੇ ਪੜ੍ਹਾਈ ਦਾ ਇੰਤਜ਼ਾਮ ਕਰਨ ਲਈ ਵੀਫਾ ਸਕੀਮ ਚਾਲੂ ਕੀਤੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਫੋਰ ਐਸਸੀ ਅਫਸੋਸ ਕਿ ਇੱਕ ਦਲਿਤ ਮੰਤਰੀ ਬਹੁਤ ਕਰੋੜੀ ਸਕੈਮ ਕਰ ਗਿਆ ਸੋ ਵੀ ਡਿਮਾਂਡ ਕਿ ਇਹਨੂੰ ਡਿਸਮਿਸ ਕਰੋ ਐਂਡ ਸੀ ਬੀ ਆਈ ਨੂੰ ਜਾਂਚ ਦਿਓ ਲੋਕ ਇਨਸਾਫ ਪਾਰਟੀ ਦੀ ਅਗਲੀ ਰਣਨੀਤੀ ਕੀ ਹੈ ਅਸੀਂ ਜਾਵਾਂਗੇ ਮੋਤੀ ਮਹਿਲ ਤੁਸੀਂ ਮਾੜਾ ਜਿਹਾ ਪਰੇ ਹਟੋ ਅਸੀਂ ਮੋਤੀ ਮਹਿਲ ਵੀ ਜਾਵਾਂਗੇ ਅਸੀਂ ਦਲਿਤ ਐਮ ਪੀ ਐਮ ਐਲ ਏ ਦੇ ਘਰਾਓ ਵੀ ਜ਼ਿਲ੍ਹਾ ਪੱਧਰ 'ਤੇ ਕਰਾਂਗੇ ਮੈਂ ਪੰਜਾਬ ਦੇ ਸਾਰੇ ਪਿੰਡਾਂ 'ਚ ਜਾ ਕੇ ਦਲਿਤ ਸ਼ਕਤੀ ਨੂੰ ਲਾਮਬੰਦ ਕਰੂੰਗਾ ਕਿ ਨਿਕਲਾ ਇਹਨਾਂ ਦੇ ਚੁੰਗਲ ਦੇ ਵਿੱਚੋਂ ਇਕੱਠੇ ਹੋ ਜਾਓ ਜੇ ਆਪਣੇ ਬੱਚਿਆਂ ਦਾ ਭਵਿੱਖ ਬਚਾਉਣਾ ਚਲੋ ਹਾਂਜੀ ਜਿਵੇਂ ਤੁਹਾਡੀ ਡਿਊਟੀ ਅਸੀਂ ਉਵੇਂ ਸਾਡੀ ਆ ਬਹੁਤ ਮਾੜੀ ਗੱਲ ਆ ਦੋਸਤ ਬੜੀ ਮਾੜੀ ਗੱਲ ਆ ਤੁਹਾਡੇ ਤੁਸੀਂ ਇੱਕ ਪਾਸੇ ਗੱਲ ਕਰਦੇ ਹੋ
ਦੂਏ ਪਾਸਿਓਂ ਪਿੱਛੋਂ ਦੀ ਆ ਕੇ ਡਾਂਗਾ ਬਣਾਉਣ ਲੱਗ ਜਾਂਦੇ ਨੇ ਚੰਗੇ ਸੀ ਨਵੀਂ ਬੜੀ ਮਾੜੀ ਗੱਲ ਹੈ ਮੈਂ ਕਿਹੜਾ ਸ਼ਰਮਲਾ ਕੇ ਆਇਆ ਇੱਕ ਵਾਰ ਫੇਰ ਪਟਿਆਲਾ ਦੇ ਵਿੱਚ ਐ ਭੂਤੋਂ ਦੇ ਗਾਡੀ ਨੇ ਤਨਾ ਲਗਾਇਆ ਪਰ ਉਹਨਾਂ ਨੂੰ ਲੈਂਡ ਕਰ ਦਿੱਤਾ ਸਾਡੇ ਨਾਲ ਜਿਵੇਂ ਇੱਕ ਟੈਸ ਨੇ ਇੱਕ ਵਾਰ ਆ ਜਾ ਮਾੜੇ ਜਿਹਾ ਪਟਕਾ ਆਓ ਜੀ ਸਰਦਾਰ ਜੀ ਡਮੋ ਸਰ ਜੀ ਆਓ ਜੀ ਸਰਦਾਰ ਜੀ ਆਓ ਜੀ